ਆ ਵੇਖੋ ਕਿਵੇਂ ਗੱਡੀਆਂ ਦੇ ਉੱਤੇ ਇਹ ਪੇੜ ਡਿੱਗੇ ਨੇ, ਜਿਸ ਕਾਰਨ 9 ਗੱਡੀਆਂ ਦਾ ਇਹਨਾਂ ਦੇ ਵੱਲੋਂ ਕਚੂੰਬਰ ਕੱਢ ਦਿੱਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਹਵਾਵਾਂ ਦੇ ਕਾਰਨ ਪੇੜ ਟੁੱਟ ਗਿਆ ਸੀ, ਤਾਂ ਇਹ ਨੀਚੇ ਖੜੀਆਂ ਗੱਡੀਆਂ ਦੇ ਉੱਤੇ ਜਾ ਡਿੱਗਦਾ, ਜਿਸ ਕਾਰਨ ਬੁਰੀ ਤਰੀਕੇ ਦੇ ਨਾਲ ਇਹ ਗੱਡੀਆਂ ਨੁਕਸਾਨੀਆਂ ਜਾਂਦੀਆਂ ਨੇ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਕਿ ਉਹਨਾਂ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੇੜਾਂ ਕਰਕੇ ਵੱਡਾ ਨੁਕਸਾਨ ਹੋਇਆ। ਤਾਂ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਨੂੰ ਸੱਟਾਂ ਵੀ ਵੱਜੀਆਂ ਨੇ, ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਪੇੜ ਟੁੱਟਣ ਦੇ ਨਾਲ ਇੱਕ ਭਵਨ ਦੀ ਛੱਤ ਵੀ ਟੁੱਟ ਗਈ ਹੈ। ਤਾਂ ਦੱਸ ਦੇ ਕਿ ਹਾਦਸਾ ਮਨਾਲੀ ਦੇ ਵਿੱਚ ਵਾਪਰਿਆ, ਤਾਂ ਉੱਥੇ ਵੀ ਤੇਜ਼ ਹਵਾਵਾਂ ਹਨੇਰੀ ਝੱਖੜ ਚੱਲ ਰਿਹਾ, ਜਿਸ ਕਾਰਨ ਇਹ ਪੇੜ ਟੁੱਟ ਗਿਆ ਸੀ। ਤਾਂ ਨੀਚੇ ਖੜੀਆਂ ਗੱਡੀਆਂ ਦੇ ਉੱਤੇ ਜਾ ਡਿੱਗਦਾ, ਜਿਸ ਕਾਰਨ ਇਹਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ। ਆ ਵੇਖੋ ਕਿਵੇਂ ਗੱਡੀਆਂ ਦੇ ਉੱਤੇ ਇਹ ਪੇੜ ਡਿੱਗੇ ਨੇ, ਜਿਸ ਕਾਰਨ 9 ਗੱਡੀਆਂ ਦਾ ਇਹਨਾਂ ਦੇ ਵੱਲੋਂ ਕਚੂੰਬਰ ਕੱਢ ਦਿੱਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਹਵਾਵਾਂ ਦੇ ਕਾਰਨ ਪੇੜ ਟੁੱਟ ਗਿਆ ਸੀ, ਤਾਂ ਇਹ ਨੀਚੇ ਖੜੀਆਂ ਗੱਡੀਆਂ ਦੇ ਉੱਤੇ ਜਾ ਡਿੱਗਦਾ, ਜਿਸ ਕਾਰਨ ਬੁਰੀ ਤਰੀਕੇ ਦੇ ਨਾਲ ਇਹ ਗੱਡੀਆਂ ਨੁਕਸਾਨੀਆਂ ਜਾਂਦੀਆਂ ਨੇ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਕਿ ਉਹਨਾਂ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੇੜਾਂ ਕਰਕੇ ਵੱਡਾ ਨੁਕਸਾਨ ਹੋਇਆ। ਤਾਂ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਨੂੰ ਸੱਟਾਂ ਵੀ ਵੱਜੀਆਂ ਨੇ, ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਪੇੜ ਟੁੱਟਣ ਦੇ ਨਾਲ ਇੱਕ ਭਵਨ ਦੀ ਛੱਤ ਵੀ ਟੁੱਟ ਗਈ ਹੈ। ਤਾਂ ਦੱਸ ਦੇ ਕਿ ਹਾਦਸਾ ਮਨਾਲੀ ਦੇ ਵਿੱਚ ਵਾਪਰਿਆ, ਤਾਂ ਉੱਥੇ ਵੀ ਤੇਜ਼ ਹਵਾਵਾਂ ਹਨੇਰੀ ਝੱਖੜ ਚੱਲ ਰਿਹਾ, ਜਿਸ ਕਾਰਨ ਇਹ ਪੇੜ ਟੁੱਟ ਗਿਆ ਸੀ। ਤਾਂ ਨੀਚੇ ਖੜੀਆਂ ਗੱਡੀਆਂ ਦੇ ਉੱਤੇ ਜਾ ਡਿੱਗਦਾ, ਜਿਸ ਕਾਰਨ ਇਹਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ। ਆ ਵੇਖੋ ਕਿਵੇਂ ਗੱਡੀਆਂ ਦੇ ਉੱਤੇ ਇਹ ਪੇੜ ਡਿੱਗੇ ਨੇ, ਜਿਸ ਕਾਰਨ 9 ਗੱਡੀਆਂ ਦਾ ਇਹਨਾਂ ਦੇ ਵੱਲੋਂ ਕਚੂੰਬਰ ਕੱਢ ਦਿੱਤਾ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਹਵਾਵਾਂ ਦੇ ਕਾਰਨ ਪੇੜ ਟੁੱਟ ਗਿਆ ਸੀ, ਤਾਂ ਇਹ ਨੀਚੇ ਖੜੀਆਂ ਗੱਡੀਆਂ ਦੇ ਉੱਤੇ ਜਾ ਡਿੱਗਦਾ, ਜਿਸ ਕਾਰਨ ਬੁਰੀ ਤਰੀਕੇ ਦੇ ਨਾਲ ਇਹ ਗੱਡੀਆਂ ਨੁਕਸਾਨੀਆਂ ਜਾਂਦੀਆਂ ਨੇ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਕਿ ਉਹਨਾਂ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੇੜਾਂ ਕਰਕੇ ਵੱਡਾ ਨੁਕਸਾਨ ਹੋਇਆ। ਤਾਂ ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਨੂੰ ਸੱਟਾਂ ਵੀ ਵੱਜੀਆਂ ਨੇ, ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਪੇੜ ਟੁੱਟਣ ਦੇ ਨਾਲ ਇੱਕ ਭਵਨ ਦੀ ਛੱਤ ਵੀ ਟੁੱਟ ਗਈ ਹੈ। ਤਾਂ ਦੱਸ ਦੇ ਕਿ ਹਾਦਸਾ ਮਨਾਲੀ ਦੇ ਵਿੱਚ ਵਾਪਰਿਆ, ਤਾਂ ਉੱਥੇ ਵੀ ਤੇਜ਼ ਹਵਾਵਾਂ ਹਨੇਰੀ ਝੱਖੜ ਚੱਲ ਰਿਹਾ, ਜਿਸ ਕਾਰਨ ਇਹ ਪੇੜ ਟੁੱਟ ਗਿਆ ਸੀ। ਤਾਂ ਨੀਚੇ ਖੜੀਆਂ ਗੱਡੀਆਂ ਦੇ ਉੱਤੇ ਜਾ ਡਿੱਗਦਾ, ਜਿਸ ਕਾਰਨ ਇਹਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ।